ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਰਾਜੋਆਣਾ ਦੇ ਮਸਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਮਿਲਣ ਦੇਣਾ ਚਾਹੀਦਾ। ਮੈਂ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਸ਼੍ਰੋਮਣੀ ਕਮੇਟੀ ਨੇ ਕਰਨਾ ਫੈਸਲਾ ਕਿ ਕਰਨਾ ਹੈਗਾ, ਜੋ ਵੀ ਅੱਜ ਦੀ ਮੀਟਿੰਗ ਫੈਸਲਾ ਉਹ ਮਨਯੋਗ ਸਿੰਘ ਸਭ ਦੱਸ ਸਕਦੇ ਸੀ। ਕੋਈ ਹੋਰ ਪੁੱਛਣਾ ਜਿਹੜਾ ਜਿਹੜੀ ਕਾਰਵਾਈ ਬੱਦੀ ਸਿੰਘਾਂ ਨੂੰ ਲੈ ਕੇ, ਦੇਖੋ ਜੋ ਉਹਨਾਂ ਨੇ ਫੈਸਲਾ ਕਰਤਾ ਉਹੀ ਦੱਸੋ, ਮੈਂ ਦੱਸਾਂ ਚੰਗਾ ਨਹੀਂ ਲੱਗਦਾ। ਪਰ ਸਿੰਘ ਸਾਹਿਬ ਇੰਨੀ ਢਿੱਲ ਕਿਉਂ? ਮਤਲਬ ਉਹ ਹੁਣ ਸਿੰਘ ਸਾਹਿਬ ਸਾਰੀ ਗੱਲਬਾਤ ਕਰਨਗੇ। ਸਿੰਘ ਸਾਹਿਬ ਰਾਜਨੀਤੀ ਬੜੀ ਕੀਤੀ ਜਾ ਰਹੀ ਹੈ, ਸਿਆਸੀ ਰਾਜਨੀਤੀ ਕੀਤੀ ਜਾ ਰਹੀ ਹੈ। ਰਾਜਨੀਤੀ ਨਹੀਂ ਹੋਣੀ ਚਾਹੀਦੀ, ਮਾੜੀ ਗੱਲ ਹੈ, ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਨਾਂ ਮਸਲਿਆਂ 'ਤੇ। ਜਿਸ ਤਰੀਕੇ ਦੇ ਨਾਲ ਦੋ ਦਿਨ ਪਹਿਲਾਂ ਇੱਕ ਵਫਦ ਵੀ ਜਾਂਦਾ ਉਹਨੂੰ ਵੀ ਮਿਲਣ ਨਹੀਂ ਦਿੱਤਾ ਗਿਆ, ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਨੇ ਕਿ ਸਰਕਾਰ ਕਿਤੇ ਨਾ ਕਿਤੇ ਚਾਹੁੰਦੀ ਸੀ ਕਿ ਭੁੱਖ ਹੜਤਾਲ। ਰਾਜਨੀਤੀ ਨਹੀਂ ਹੋਣੀ ਚਾਹੀਦੀ, ਬਾਕੀ ਮਿਲਣ ਦੇਣਾ ਚਾਹੀਦਾ। ਬਾਕੀ ਹੋਰ ਕੋਈ ਇਸ ਮਸਲੇ ਤੋਂ ਇਲਾਵਾ ਕੋਈ ਪੁੱਛਣਾ ਤਾਂ ਪੁੱਛ ਸਕਦੇ? ਬੇਅਦਬੀਆਂ ਬਹੁਤ ਹੋ ਰਹੀਆਂ ਸਿੰਘ ਸਾਹਿਬ। ਬੇਅਦਬੀਆਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਹੀਆਂ ਹੈਗੀਆਂ, ਇਹ ਗੱਲ ਹੋਣੀਆਂ ਚਾਹੀਦੀਆਂ, ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ। ਪਰ ਜਿੱਦਾਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ, CCTV ਕੈਮਰੇ ਵੀ ਲਗਾਏ ਗਏ, ਸਾਰਾ ਕੁਛ, ਤਾਂ ਉਸ ਤੋਂ ਬਾਅਦ ਬਿਲਕੁਲ ਗੁਰਦੁਆਰਾ ਕਮੇਟੀਆਂ ਨੂੰ ਵੀ ਆਪਣੇ ਲੈਵਲ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ ਨਿਭਾਉਣੀ ਚਾਹੀਦੀ ਹੈ, ਖਾਸ ਤੌਰ 'ਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ। ਇਹ ਬੜੀ ਵੱਡਾ ਚਿੰਤਾ ਵਾਲਾ ਮੁੱਦਾ ਹੈ। ਇਹ ਮਤਦਾਨ ਨੂੰ ਲੈ ਕੇ ਵੀ ਜਿਹੜਾ ਫਾਰਮ ਹੈ ਉਹਦੇ ਥੱਲੇ ਜਿਹੜਾ ਇੱਕ ਲਿਖਿਆ ਗਿਆ ਦਲਿਤਾਂ ਬਾਰੇ, ਉਹਨੂੰ ਲੈ ਕੇ ਬੜਾ ਵਿਵਾਦ ਹੋਇਆ। ਸਿੱਖ ਧਰਮ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਭਾਰਤੀ ਕਾਨੂੰਨ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਹੈਗਾ ਵਿਵਰਣ ਦਰਜ ਹੈ, ਅਤੇ ਪਰ ਇਹ ਸਾਡੀ ਜਿਹੜੀ ਸੋਚ ਆ ਉਹ ਇਹ ਨਹੀਂ ਹੋਣਾ ਚਾਹੀਦਾ।